ਬਾਬਿਓ ਕੀ ਹਾਲ ਆ ਨਵੇਂ ਬਲੌਗ 'ਚ। ਅੱਜ ਆਪਾਂ ਯਾਰ ਬੀਜ ਰਹੇ ਕਣਕ, ਠੀਕ ਹੈ। ਆਪਾਂ ਚੱਲਦੇ ਹਾਂ ਆਪਾਂ ਜੀਪ 'ਤੇ, ਆਪਣਾ ਦੂਜਾ ਭਾਈ ਬੀਜੀਆਂ ਦਾ ਕਣਕ ਖੇਤ ਆ। ਆਪਾਂ ਚੱਲਦੇ ਹਾਂ ਜੀਪ 'ਤੇ ਚਾਹ ਲੈ ਕੇ ਉਹਨਾਂ ਦੀ, ਠੀਕ ਹੈ। ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਚੱਲਦਾ ਆਪਣਾ 3630 ਸੁਪਰ ਸੀਡਰ 'ਤੇ, ਠੀਕ ਹੈ। ਅਤੇ ਆ ਜਾਓ ਚੱਲਦੇ ਹਾਂ ਆਪਾਂ ਖੇਤ, ਚਾਹ ਲੈ ਕੇ ਦਿਖਾਉਂਦੇ ਹਾਂ ਤੁਹਾਨੂੰ ਕਿਵੇਂ ਬੀਜਦੀ ਆ ਕਣਕ। ਆ ਜਾਓ ਬਾਬਿਓ, ਚਾਹ ਚੱਕ ਲਈ ਆਪਾਂ, ਚੱਲਦੇ ਹਾਂ ਜੀਪ 'ਤੇ। ਅਗਰ ਜੀਪ ਸਵਾਦ ਬਹੁਤ ਦਿੰਦੀ ਹੈ ਯਾਰ ਚੜਾਈ 'ਚ, ਬਹੁਤ ਘੈਂਟ ਜੀਪ ਆ। ਇਹ ਵੀ ਤੁਹਾਨੂੰ ਦੱਸਾਂਗੇ, ਦੇਵਾਂਗੇ ਜਾਣਕਾਰੀ ਵੀਡੀਓ 'ਚ ਕਦੇ, ਠੀਕ ਹੈ। ਵੀ ਕੀ ਗੱਲਬਾਤ ਹੈ ਜੀ, ਪੂਰੀ ਘੈਂਟ ਜੀਪ ਆ, ਅੱਗ ਕੱਢਦੀ ਹੈ। ਬਾਬਿਓ ਚੜਾ ਲਈ ਮੇਨ ਰੋਡ 'ਤੇ ਯਾਰ, ਭੱਜਦੀ ਬਹੁਤ ਆ ਜੀਪ, ਆ ਘਰਾਂ ਨੂੰ ਵੀ ਨਹੀਂ ਲਵੇ ਲੱਗਣ ਦਿੰਦੇ ਇੰਨੀ ਪਿਕਅਪ। ਤੁਹਾਨੂੰ ਤਾਂ ਕਦੇ ਇਹਦੀ ਪਿਕਅਪ ਦਿਖਾਵਾਂਗੇ। ਆਪਾਂ ਜਾਣਾ ਇੱਧਰ ਰੋਹੀ ਵਾਲੇ ਦਾ, ਹੋਰ ਜੀ ਠੀਕ ਬਾਹਲੀ ਬਣੀ ਪਈ ਆ ਰਾਜੇ ਚੜਾ, ਹੋਰ ਖੜ ਗਈ ਉਹ ਮੂਹਰੇ ਲਈ ਖੜਾ ਜੀ ਗੱਡੀ, ਰੇਤਾ ਬਾਹਲਾ ਉੱਡਦਾ। ਜੀਰੀਆਂ ਤਾਂ ਵੱਡੀਆਂ ਗਈਆਂ ਸਾਰੀਆਂ ਨਾ। ਅੱਜ ਵੱਡੀ ਆ ਕਿਹੜੀ ਮਸ਼ੀਨ ਤੋਂ, ਹੈਪੀ ਕੀ? ਅੱਛਾ ਤੀਤਰੀ। ਤਾਂ ਧੂੰਏ ਜਿਹੜਾ ਵੀ ਹੁੰਦਾ ਨਿਬੜ ਗਿਆ ਕੰਮ, ਹੈ ਨਾ, ਮਾੜਾ ਮੋਟੇ ਰਹਿ ਗਿਆ ਕਿਤੇ। ਕਣਕ ਬੀਜੀ ਜਾਂਦੇ ਹਾਂ ਜੀ, ਉੱਥੇ ਆਉਂਦਾ ਜੀ ਮੈਂ ਚਾਹ ਜੀ ਲੈ ਕੇ ਉਹਨਾਂ ਦੀ। ਹਾਂ ਰੋਹੀ, ਹਾਂ ਰੋਹੀ ਬੀਜੀ ਜਾਂਦੇ। ਬਾਬੇ ਉਹ ਆ ਗਏ ਆਪਣੇ ਖੇਤ, ਅੱਜ ਤਾਂ ਯਾਰ ਠੀਕ ਹੈ, ਧੂੰਆਂ ਤਾਂ ਆਇਆ ਘੱਟ ਹੀ ਹੈ, ਪਹਿਲਾਂ ਵਾਹ ਆਪਾਂ ਤਾਂ ਯਾਰ ਅੱਗ ਲਾਈ ਨਹੀਂ, ਵੈਸੇ ਨਾ ਇੱਥੇ ਗੁਆਂਢੀਆਂ ਤੋਂ ਪੈ ਗਈ ਅੱਗ ਜੀ, ਬਸ ਬੀਜਣੀ ਤਾਂ ਸੁਪਰ ਸੀਡਰ ਨਾਲ ਹੀ ਸੀਗੀ, ਅਤੇ ਉਹ ਉਤਲਾ ਪੂਕ ਜਿਹਾ ਮੱਚ ਗਿਆ ਸਾਰਾ, ਚਲੋ ਹੁਣ ਤਾਂ ਲੋਟ ਹੋ ਗਿਆ। ਵੈਸੇ ਵਾਤਾਵਰਨ ਲਈ ਯਾਰ ਗਲਤ ਆਣਾ ਗੱਲ ਇਹ, ਆਹ ਬਾਬੇ ਜੀਰੀ ਖੜੀ ਆਪਣੇ ਵਾਲੇ 2 ਕਿੱਲੇ 26, ਉਹ ਬੀਜੀਆਂ ਦਾ ਟਰੈਕਟਰ, ਉਹ ਬੀਜੀਆਂ ਦਾ। ਆ ਬਾਬੇ ਆਪਣਾ ਕੋਠਾ ਖੇਤ, ਆਹ ਪੈ ਇੱਕ ਮੁੰਡਾ, ਉਹ ਬੀਜੀ ਜਾਂਦਾ ਬਾਬੇ ਟਰੈਕਟਰ ਆਪਣਾ, ਤੁਹਾਨੂੰ ਉਹਦੇ ਕੋਲ ਵੀ ਲੈ ਕੇ ਚੱਲਾਂਗੇ, ਚਾਹ ਪਾਣੀ ਪਿਆਉਣਾ ਉਹਨਾਂ ਨੂੰ ਫਿਰ। ਕੀ ਆ ਓਏ, ਰੋਟੀ ਆ, ਰੋਟੀ ਪੀ ਲਓ ਬਾਬੇ। ਉਹ ਘੋੜੀ ਕਰਤੀ ਬੰਦ ਆਪਣੀ ਜੀ ਪੀ ਆਰ, ਘੈਂਟ ਆ ਨਾ ਆਪਣੀ, ਦੱਸਿਓ ਕਮੈਂਟਾਂ 'ਚ, ਬਹੁਤ ਘੈਂਟ ਆ ਬਲੈਰੋ ਦਾ ਇੰਜਨ। ਉਹ ਮਾਰ ਬੋਲੋ ਇਹਨਾਂ ਨੂੰ, ਚਾਹ ਪੀ ਲੈਣਗੇ। ਹੈਂ ਤੂੰ ਆ ਜੇ ਪਿਆ, ਆ ਬਾਬੇ ਆਪਣੇ ਯਾਰ ਨਾ ਗਵਾਂਢੀਆਂ ਤੋਂ ਅੱਗ ਪੈ ਗਈ ਪਰਾਲ ਨੂੰ ਯਾਰ, ਆਪਾਂ ਲਾਈ ਨਹੀਂ ਹੈਗੀ, ਆਪਾਂ ਤਾਂ ਵਿੱਚ ਪਾਉਣਾ ਸੀ ਸਮਾਂ ਦੀ ਪਰਾਲ, ਆ ਨਾ ਰੇਹਰੂ ਬਣਦੀ ਆ ਵਧੀਆ ਪੂਰੀ। ਉਹ ਕਰੀ ਫੋਨ ਉਹਨੂੰ, ਚਾਹ ਪੀ ਲੈਣਗੇ ਕਿ ਉੱਥੇ ਫੜਾ ਕੇ ਜੀ, ਚਲ ਉੱਥੇ ਫੜਾ ਨਾ, ਆ ਜਾ ਜੀਪ 'ਤੇ ਚੱਲ ਚਲਾ, ਓਏ ਭਾਂਡੇ ਧਰ ਲਾ ਇੱਥੋਂ, ਗਲਾਸ ਆ ਸੀ ਇੱਕ ਇੱਥੋਂ ਧਰ ਲਾ, ਗਲਾਸ ਸਾਫ਼ ਜੇ ਧਰ ਲਾ, ਭਾਂਡੇ ਆ ਸਾਫ਼ ਕਰ ਲਾ ਪਾਣੀ ਨਾ। ਬਾਬੇ ਪੁੰਡੀ ਵੀ ਲਾਈ ਹੋਈ ਆ ਗੰਨੇ ਗੁੰਨੇ 'ਚ ਉੱਪਰ ਨੂੰ ਇੰਨੀ ਕੁ, ਆਪਣੇ ਫਾਦਰ ਸਾਹਿਬ ਦਾ ਨੇਮ ਆ। ਕੋਠਾ ਵੀ ਘੈਂਟ ਆ ਬਾਬੇ ਆਪਣਾ, ਪੀ ਓ ਪੀ ਕਰਾਈ ਹੋਈ ਆ ਪੂਰੀ, ਹੈਗਾ ਗਲਾਸ, ਪਾਣੀ ਧਰ ਲਿਆ ਵਿੱਚ, ਚੱਲ ਹੈ ਇਹਦੇ ਵਿੱਚ ਹੀ ਸੀ ਬਿਸਕੁਟ, ਕੇ ਜੇ ਬਿਸਕੁਟ 'ਚ ਪਏ ਸੀ ਇੱਥੇ। ਬਾਬੇ ਇੰਤਜ਼ਾਮ ਪੂਰਾ ਰੱਖੀਦਾ,
ਸਟਿੰਗਰ ਸਟੁੰਗਰ ਦੀ ਫਿਟ ਬਿਸਕੁਟ ਤਾਂ ਖਾ ਗਏ ਨਾ ਇਹ ਖਾ ਗਏ ਸੀ ਚੱਲ 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 ਇੱਕ ਹੋਰ ਵੀ ਚੱਕ ਲਿਆ ਭਾਂਡਾ ਉਹ ਕੌਲਾ ਚੱਕ ਲਿਆ ਮੱਛਰ ਦਾ ਵੱਡੇ ਕੌਲੇ ਨਾਲ ਸਾੜਦਾ ਚਾਹ ਚੱਲ ਓਏ ਲੈ ਬਾਬੇ ਉਹ ਟਾਈਮ ਤੁਹਾਨੂੰ ਪਤਾ ਖਿੱਚਦਾ ਚੱਲੀ ਜਾਂਦਾ ਹੈ ਨਾ ਕੋਲੀ ਚਾਹ ਪਿਆ ਕਰਨਾ ਉਹਨੂੰ ਖਰਚਿਆਂ ਵਿੱਚ ਦੀ ਜਾਣ ਦੇ ਜੀਪ ਨੂੰ ਪੈਡ ਜੀ ਰੱਖੀ ਉਹ ਕਰਪੈਨ ਵਾਲੀ 'ਚ ਟਰੈਕਟਰ ਵਾਲੀ 'ਚ ਪਰਾਲ ਜੀ ਮੱਚ ਕੇ ਤਾਂ ਅੱਧੀ ਰਹਿ ਜਾਂਦਾ ਖਰਚਿਆਂ ਜਾਣਾ ਉਹ ਉਹ ਤਾਂ ਅਸੀਂ ਬੀਜਾਂਗੇ ਤਾਂ ਇਹ ਇੱਥੇ ਗਵਾਂਢੀਆਂ ਤੋਂ ਪਈ ਆ ਅੱਗ ਉਹਦੇ ਨਹੀਂ ਉਹ ਕਰੀ ਜਾਂਦੇ ਸੀ ਆਹ ਗੇੜਾ ਵੱਟ ਤੇ ਲਾ ਦੇਣੇ ਊਂ ਲਾ ਦੇਣ ਬਾਬਾ ਬੀਜਤਾ ਯਾਰ ਨਾ ਉਹ ਹੈਂ ਅੱਛਾ ਅੱਛਾ ਖੜਿਆ ਸੀਗਾ ਫਿਰ ਵੀ ਬਹੁਤ ਬੀਜਤਾ ਬਾਬੇ ਤੁਹਾਨੂੰ ਡਰਾਈਵਰ ਦੇ ਇੱਕ ਚੀਜ਼ ਲੱਗੀ ਦਿਖਾਵਾਂ ਮੂੰਹ ਤੇ ਐਨਕਾਂ ਆਹ ਮੰਗਾਈਆਂ ਨੇ ਸੀ ਸਪੈਸ਼ਲ ਆਹ ਮੱਛਰ ਉਹ ਚਾਹ ਪੀ ਲਓ ਲੈ ਕੇ ਆਇਆ ਚਾਹ ਨੂੰ ਜਵਾਬ ਦੇ ਜਾਂਦੇ ਰੋਕ ਲਾ ਵੋ ਇੱਥੇ ਮੂਹਰੇ ਰੋਕ ਰੋਕ ਲਾ ਰੋਕ ਲਾ ਰੋਕ ਲਾ ਅਜੋ ਬਾਬੇ ਤੁਹਾਨੂੰ ਟਰੈਕਟਰ ਚੱਲਦਾ ਦਿਖਾਈਏ ਕਿਵੇਂ ਚੱਲਦਾ ਕਿੰਨਾ ਕੁ ਲੋਡ ਲਾਡ ਲੈ ਰਿਹਾ ਸਹੀ ਚੱਲ ਰਿਹਾ ਯਾਰ ਟਰੈਕਟਰ ਤਾਂ ਸਿੱਧਾ ਪਈ ਚੱਲ ਰਿਹਾ ਆਹ ਐਨਕਾਂ ਦੇਖੋ ਮੁੰਡੇ ਦੀ ਇਹ ਸਪੈਸ਼ਲ ਮੰਗਾਈਆਂ ਬਾਬੇ ਸੁਪਰ ਸੀਡਰ ਲਈ ਆਹ ਬਾਈ ਆਪਾਂ ਨੂੰ ਆਈ ਲਵ ਆਪਣੀ ਖੇਤੀ ਵਾਲੇ ਨੇ ਭੇਜੇ ਸੀ ਗਿਫਟ ਸਟਿੱਕਰ ਸਟੁੱਕਰ ਬੋਤਲਾਂ ਬਾਤਲਾਂ ਜੀਆਂ ਸਫਾਈ ਵੀ ਬਹੁਤ ਆ ਰਹੀ ਹੈ ਯਾਰ ਬਹੁਤ ਬੀਜਤਾ ਨਾ ਓਏ ਦੋ ਮਿੰਟ ਰੋਕ ਲਓ ਚਾਹ ਪੀ ਲਓ ਚਾਹ ਪੀ ਲਓ ਪੀ ਲੈ ਇੱਥੇ ਬੰਦ ਕਰ ਦੇ ਬਾਬੇ ਚਾਹ ਪਿਆ ਦੀ ਡਰਾਈਵਰਾਂ ਨੂੰ ਇਹ ਪਿਆ ਬਾਬਾ ਕੰਮ ਬਾਕੀ ਕੱਲ ਨੂੰ ਬੀਜੂ ਹਨਾ ਦੋ ਕੁ ਘੰਟੇ ਹੋਰ ਚੱਲੂ ਹਨਾ ਟਰੈਕਟਰ ਦੋ ਕਿੱਲੇ ਬੀਜਾਂਗੇ ਕੋਠੇ ਵਾਲਾ ਦੇਖਾਂ ਉਹ ਵੀ ਬੀਜੇਗਾ ਹਾਂ ਫਿਰ ਇਹਦਾ ਪੰਜ ਬਾਈ ਦਿਨ ਬੀਜੂ ਹਾਂ ਇਹ ਤਾਂ ਬੀਜੂ ਛੇਤੀ ਬੀਜ ਜੀ ਫਿਰ ਪੰਜ ਬਾਈ ਦਿਨ ਫਿਰ ਚਲੋ ਰਾਮ ਲਾ ਲਓ ਉਹ ਚਾਹ ਤਾਂ ਡੋਲਤੀ ਓਏ ਜਿਹੜੀ ਚੀਜ਼ ਫੜਾਉਣਾ ਸੀ ਤਾਂ ਡੋਲ ਹੀ ਦਿੱਤੀ ਚਾਹ ਉਹ ਮੁੰਡੇ ਨੇ ਯਾਰ ਉਹਨੂੰ ਪਤਾ ਨਹੀਂ ਲੱਗਣਾ ਧਰਤਾ ਨਾ ਗੋਲ ਬੈਗ ਸੀਗਾ ਬਾਬੇ ਪੂਰਾ ਘੈਂਟ ਚੱਲਦਾ ਆਪਣਾ ਇਹ ਸੁਪਰ ਸੀਡਰ ਇੱਕ ਨਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਬਹੁਤ ਬਹੁਤ ਬਾਈ ਪੁੱਛਦੇ ਹੁੰਦੇ ਬਾਈ ਗਰਾਰੀਆਂ ਇਹ 'ਚ ਨਾ ਬਾਈ ਜਿਹੜੀ ਆਪਣੀ ਟਰੈਕਟਰ ਵਾਲੀ ਸਾਈਡ ਤਾਂ ਹੈਗੀ ਆ 18 ਦੀ ਗਰਾਰੀ ਜਿਹੜੀ ਸੁਪਰ ਸੀਡਰ ਵਾਲੀ ਸਾਈਡ ਆ ਇੱਧਰਲੀ ਸਾਈਡ ਉੱਧਰ ਹੈਗੀ 16 ਦੀ ਗਰਾਰੀ ਇਹ ਨਵੇਂ 'ਚ ਉਲਟ ਆਉਂਦੀ ਆ ਨਵੇਂ 'ਚ ਜਿਹੜੀ 18 ਦੀ ਹੁੰਦੀ ਉਹ ਤਾਂ ਸੁਪਰ ਸੀਡਰ ਕਰਨੀ ਹੁੰਦੀ ਆ 16 ਦੀ ਟਰੈਕਟਰ ਕਰਨੀ ਹੁੰਦੀ ਹੈ ਠੀਕ ਹੈ ਤਾਂ ਕਰਕੇ ਥੋੜ੍ਹਾ ਟਰੈਕਟਰ ਦੱਬਦੇ ਹੁੰਦੇ ਨੇ ਇਹ ਹਰੇਕ ਟਰੈਕਟਰ ਦੇ ਅੱਡੋ ਅੱਡੀ ਚੱਕਰਾਂ ਦੇ ਹਿਸਾਬ ਨਾਲ ਅੱਡੋ ਅੱਡੀ ਗਰਾਰੀਆਂ ਦੀ ਸੈਟਿੰਗ ਕਰਨੀ ਪੈਂਦੀ ਜਿਹੜਾ 36 ਦੀ ਹੈ ਬਾਬੇ ਉਹਦੇ ਇੱਧਰ 18 ਦੀ ਗਰਾਰੀ ਅਤੇ ਇੱਧਰ ਸੁਪਰ ਸੀਡਰ ਕਰਨੀ 16 ਦੀ ਗਰਾਰੀ ਪੂਰਾ ਫਿਰ ਘੈਂਟ ਚੱਲਦਾ ਬਾਈ ਟਰੈਕਟਰ ਦੱਬਦਾ ਦੁੱਬਦਾ ਨਹੀਂ ਜਮੀ ਸੁੱਤਾ ਪਈ ਚੱਲਦਾ ਨਾਲੇ ਤੇਲ ਤੂਲ ਘੱਟ ਖਾਂਦਾ ਗਾ ਇੱਕ ਨਾ ਯਾਰ ਆਪਣਾ ਥੋੜ੍ਹੀ ਜੀਰੀ ਆਈ ਲੇਟ ਥੋੜ੍ਹਾ ਜਿਹਾ ਸੁਕਾ ਲਿਆ ਵਾਹਣ ਜੇ ਇਹਨੂੰ ਗਿੱਲਾ ਹੁੰਦਾ ਫਿਰ ਬਹੁਤ ਅਖੜੀ ਗੱਲ ਬਣਦੀ ਉਂਦਰ ਨਹੀਂ ਗੁੰਨ ਦਿੰਦਾ ਜਮਾ ਓਏ ਆਹੋ ਆਉਂ ਇਹ 'ਚ ਗੁੱਲੀ ਗੱਲੀ ਡੰਡਾ ਨਹੀਂ ਹੁੰਦਾ ਕੋਈ ਹੈ ਨਾ ਕੱਖ ਕੁੱਖ ਨਹੀਂ ਹੁੰਦੇ ਇਹ 'ਚ ਹੈਂ ਸਫਾਈ ਬਾਬੇ ਪੂਰੀ ਤਕੜੀ ਆ ਤਵੀਆਂ 'ਚ ਦੇਖ ਲਿਓ ਅਤੇ ਬਾਈ ਜਿਹੜੇ ਆਪਣੇ ਵੀਰ ਪੁੱਛਦੇ ਹੁੰਦੇ ਆ ਨਾ ਸੁਪਰ ਸੀਡਰ ਦੇ ਚੱਕਰਾਂ ਚੁੱਕਰਾਂ ਬਾਰੇ ਆਹੀ ਤੁਹਾਨੂੰ ਮੈਂ ਦੱਸਤੀ ਗੱਲ ਵੀ ਐਂ ਕਰ ਲਿਓ ਸੈਟਿੰਗ ਇਹ ਕੰਪਨੀ ਵਾਲੀ ਕਰਕੇ ਦਿੰਦੇ ਆ ਇਹੀ ਗਰਾਰੀਆਂ ਗਰੂਰੀਆਂ ਬਦਲਾ ਜਾਂਦੇ ਹਰੇਕ ਜ਼ਿਲ੍ਹੇ 'ਚ ਛੱਡੇ ਹੁੰਦੇ ਕੰਪਨੀ ਵਾਲੀ ਜਿਹੜਾ ਸੁਪਰ ਸੀਡਰ ਹੁੰਦਾ ਉਹ ਮੈਨੂੰ ਵੀ ਪਾਈ ਓਏ ਚਲੋ ਚਾਹ ਚਾਹ ਆਹ ਗਲਾਸ ਜਿਹਾ ਸਾਫ਼ ਕਰੀ ਘਰੇ ਪੀ ਆਉਂਦਾ ਝੋਲੇ 'ਚ ਪਈ ਆ ਚਾਹ ਲੈ ਦੇਖ ਲਾ ਬਹੁਤ ਔਖਾ ਯਾਰ ਬਰਾ
ਫੇਰ ਰਾਖ ਜੀ ਜਣਾ ਅੱਖਾਂ ਭਰ ਜਾਂਦੀਆਂ ਤੇ ਦੋਖਣ ਲੱਗ ਜਾਂਦੀਆਂ ਅੱਖਾਂ ਥੋੜੀ ਜੀ ਪਾਈ ਓਏ ਮੱਛਰ ਤੇਰਾ ਕਬਲਾ ਪਿਆ ਕਬਲਾ ਕਿੱਥੇ ਮੱਛਰ ਦਾ ਓਏ ਆਹ ਸਾਡ ਡਲ ਨੇ ਲੈ ਲਿਆ ਕਬਲਾ ਤਾਂ ਬਿਸਕੁਟ ਕਿੱਥੇ ਤੇਰੇ ਬਾਬੇ ਜੀਪ ਆਪਾਂ ਖੇ ਬੱਚੀ ਵਾੜਤੀ ਜਮਾਂ ਖੇਤ ਦੇ ਆਹ ਵੀ ਸਟਿੱਕਰ ਆਪਾਂ ਨੂੰ ਆਪਣੀ ਖੇਤੀ ਵਾਲੇ ਨੇ ਭੇਜੇ ਸੀ ਬਾਈ ਧੰਨਵਾਦ ਤੁਹਾਡਾ ਫਲਾਫੇ ਚ ਚਿੱਟੇ ਫਲਾਫੇ ਚ ਇਹਦਾ ਫਲਾਫਾ ਹੁੰਦਾ ਇੱਕ ਬੂਟ ਗੂਟ ਹੁੰਦੇ ਆ ਮੱਛਰ ਵਰਗੇ ਵੀ ਯਾਰ ਸਿਰੇ ਹੀ ਲਾਉਂਦੇ ਆ ਗੱਲ ਔਖਾ ਬਹੁਤ ਚਲਾਉਣਾ ਜੀ ਲੈ ਜਾਂਦਾ ਫੀਮ ਫੂਮ ਖਾਧੀ ਹੋਵੇ ਚੰਗੀ ਵਧੀਆ ਕਿਲੋ ਗੁਲਾਬੇ ਆਪਣਾ ਖਾਧੀ ਹੁਣ ਫੀਮ ਖਾ ਕੇ ਕਿਲੋ ਗੁਲਾਬੇ ਆਪਣਾ ਫੇਰ ਵੇਚ ਦੇ ਅੱਠ ਦਾ ਕਿਲੇ ਅੱਤਰ ਨੂੰ ਜੀ ਖਿੱਚ ਜਾਂਦਾ ਊਂ ਕੋਈ ਹੋਰ ਤਾਂ ਨਹੀਂ ਗੱਲ ਹੈਗੀ ਰਾਖ ਜੀ ਪਈ ਜਾਂਦੀ ਹੈ ਯਾਰ ਨੱਕ 'ਚ ਜੇ ਪਰਾਲੀ ਨਾ ਮਚਾਈ ਫਿਰ ਸਹੀ ਆ ਨਾ ਫਿਰ ਨਹੀਂ ਕੋਈ ਚੱਕਰ ਜਾਂ ਗੱਠਾਂ ਵਾਲੇ 'ਚ ਨਜ਼ਾਰਾ ਹੁੰਦਾ ਪੂਰਾ ਕਿਸੇ ਨਾਲ ਹੀ ਕਰਨਾ ਬਾਬੇ ਉਹ ਚਾਹ ਪੀ ਰਹੇ ਹਾਂ ਮੈਂ ਘਰੇ ਵੀ ਪੀ ਆਈ ਥੋੜ੍ਹੀ ਜੀ ਖੇਤ 'ਚ ਪੀਣ ਦਾ ਡਸਾਉਂਗਾ ਯਾਰ ਕੋਟ ਪਾ ਕੇ ਗਰਮੀ ਨਹੀਂ ਲੱਗਦੀ ਹੈ ਨਾ ਠੰਡ ਹੋ ਗਈ ਮੇਰਾ ਕੋਟ ਨਾਲ ਤਾਂ ਨਹੀਂ ਲੈ ਗਿਆ ਤੂੰ ਹੈਂ ਰੈਲੀ 'ਚ ਸੀ ਕੋਟ ਮੇਰਾ ਤੇਰਾ ਕੋਟ ਤਾਂ ਕੋਠੇ 'ਚ ਹੀ ਪਿਆ ਚਾਹ ਪੀ ਲਈ ਫਿਰ ਤੁਹਾਨੂੰ ਚੱਲਦਾ ਦਿਖਾਉਣਾ ਟਰੈਕਟਰ ਪੂਰਾ ਵੀ ਕਿੰਨੇ ਕੁ ਚੱਕਰ ਚੁੱਕਰ ਤੋੜਦਾ ਨਾ ਕਿਵੇਂ ਗਰਾਰੀਆਂ ਤੁਹਾਨੂੰ ਦੱਸਦਾ ਦਿਖਾਉਣਾ ਹੁਣ ਚੱਕਰ ਬਾਬੇ ਉਹ ਚਾਹ ਚੂ ਪਿਆਤੀ ਮੁੰਡਿਆਂ ਨੂੰ ਲੈ ਦਿਖਾਈਏ ਤੁਹਾਨੂੰ ਉਹ ਸਾਰੀ ਸਿੱਟ ਦੀ ਲਿਫਟ ਹੋਏ ਬਾਬੇ ਲਿਫਟ ਸਾਰੀ ਸਿੱਟ ਕੀ ਚੱਲਦਾ ਸੁੱਚ ਤੋਂ ਚੱਲਦਾ ਗਾ ਪਰਾਲ ਜੇ ਨੂੰ ਬਹੁਤ ਦੁਖੀ ਹੁੰਦੇ ਭੈਣ ਦੇ ਯਾਰ ਕਿਸੇ ਹਿਸਾਬ ਚ ਵੀ ਨੀ ਆਉਂਦੀ ਸੀ ਨਾ ਜੀਰੋ ਡਰਿਲ ਚ ਆਉਂਦੀ ਨਾ ਵਾਹੁਣ ਵਿੱਚ ਹੁਣ ਤਾਂ ਨਜ਼ਾਰਾ ਹੀ ਆ ਗਿਆ ਜਮਾ ਬਾਬੇ ਉਹ ਗਰਾਰੀਆਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਨੇ ਉਹ ਪੂਰਾ ਘੈਂਟ ਚੱਲਦਾ ਟਰੈਕਟਰ ਆ ਦੇਖੋ ਜਮਾਂ ਟਰੈਕਟਰ ਤੇ ਲੋੜ ਨਹੀਂ ਟਰੈਕਟਰ 150-100 RPM ਹੀ ਤੋੜਦਾ ਕੋਈ ਧੂੰਆਂ ਤਾਂ ਨਹੀਂ ਟਰੈਕਟਰ ਹਾਂ ਹੈਗੀ ਆ ਪੂਰਾ ਘੈਂਟ ਚੱਲਦਾ ਬਾਬੇ ਉਹ 36-30 ਤੁਸੀਂ ਐਂ ਲਾ ਲਓ ਵੀ ਕਿੱਲੇ ਘੰਟੇ 'ਚ ਕਿੱਲਾ ਵੀ ਦਿੰਦਾ ਪਹਿਲੇ ਗੁੱਲੋ 'ਚ ਅਸੀਂ ਸਟੋਪ ਵਾਚ ਲਾ ਕੇ ਵੀ ਦੇਖਿਆ ਹੋਇਆ ਪੂਰਾ ਜਮਾਂ ਸਹੀ ਕਿੱਲਾ ਅਤੇ ਇਹ ਜਿਹੜਾ ਆਪਣਾ 36-40 ਵਾਲਾ ਹੁੰਦਾ ਜਿਹੜਾ ਆਪਣਾ 40 ਵਾਲੀਆਂ ਭਾਗ ਆ ਉਹ 'ਚ ਆਪਣੇ ਇਹਦੇ 24 ਗੇੜੇ ਆਉਂਦੇ ਆ ਬਾਈ ਸੁਪਰ ਸੀਡਰ ਦੇ 24 ਗੇੜੇ ਜਿਵੇਂ ਆਹ 1 ਗੇੜਾ ਆਹ 2 ਗੇੜਾ 3 ਗੇੜਾ 24 ਗੇੜੇ ਆਉਂਦੇ ਆ ਅਤੇ ਯਾਰ ਪੂਰਾ ਵਧੀਆ ਚੱਲਦਾ ਬਾਬੇ ਉਹ ਗਰਾਰੀਆਂ ਕਰ ਲਓ ਚੇਂਜ ਕਈ ਵਾਰੀ ਕਿਸੇ ਬਾਈ ਦਾ ਟਰੈਕਟਰ ਦੱਬਦਾ ਹੁੰਦਾ ਨਾ ਸੁਪਰ ਸੀਡਰ 'ਤੇ ਬਸ ਥੋੜ੍ਹਾ ਮੋਟਾ ਗਰਾਰੀਆਂ ਸੈਟਿੰਗ ਹੀ ਆ ਬਾਈ ਪੂਰਾ ਘੈਂਟ ਚੱਲਦਾ ਕਿਉਂਕਿ ਟਰੈਕਟਰ ਉੱਤੋਂ ਦੀ ਹੁੰਦਾ ਸੁਪਰ ਸੀਡਰ 'ਤੇ ਫਿਰ ਸਹੀ ਚੱਲਦਾ ਜੇ ਸੁਪਰ ਸੀਡਰ 'ਤੇ ਚੱਕਰ ਟਰੈਕਟਰ ਦੇ ਉੱਤੋਂ ਦੀ ਆਉਣਾ ਫਿਰ ਬਾਬੇ ਸਹੀ ਨਹੀਂ ਚੱਲਦਾ ਬਾਬੇ ਟਾਇਰ 'ਚ ਜਮੀ ਹਵਾ ਘੱਟ ਆ ਓਏ ਬਾਬੇ ਇੱਕ ਆਪਾਂ 56-30 ਟਰੈਕਟਰ ਲੈ ਕੇ ਆਵਾਂਗੇ ਉਹਦਾ ਬਲੌਗ ਬਣਾਵਾਂਗੇ ਨਾ ਹੁਣ ਜੁੜੇ ਰਹੋ ਆਪਣੇ ਚੈਨਲ ਨਾਲ ਬਲੌਗ ਬਣਾਇਆ ਕਰਾਂਗੇ ਹੁਣ ਡੇਲੀ ਆਪਾਂ ਡੇਲੀ ਬਲੌਗ ਸ਼ੁਰੂ ਕਰ ਰਹੇ ਹਾਂ ਬਾਬੇ ਆਹ ਬਸ ਕਣਕ ਜੀ ਬੀਜ ਕੇ ਨਾ ਲੱਗ ਜਾਣਗੇ 8-10 ਦਿਨ ਵੈਸੇ ਤਾਂ ਰੋਜ਼ ਵਾਂਗੂ ਇੱਕ ਵੀਡੀਓ ਆ ਹੀ ਜਾਇਆ ਕਰੂਣ ਬਲੌਗ ਵਾਲੀ ਅਤੇ ਜੁੜੇ ਰਹੋ ਚੰਗਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਬਾਈ ਸਬਸਕ੍ਰਾਈਬ ਕਰ ਲਿਓ ਬਾਕੀ ਬਾਈ ਆਪਾਂ ਨੌਲੇਜ ਵਾਲੀਆਂ ਵੀਡੀਓ ਵੀ ਬਣਾਉਂਦੇ ਰਹਿੰਦੇ ਹਾਂ ਯਾਰ ਹੈ ਨਾ ਪੂਰੀਆਂ ਘੈਂਟ ਸਹੀ ਨੌਲੇਜ ਦੇਵਾਂਗਾ ਕੋਈ ਗਲਤ ਗੁਲਤ ਜਾਣਕਾਰੀ ਨਹੀਂ ਦਿੰਦੇ ਸਾਰੀਆਂ ਆਪ ਯਾਰ ਆਪ ਐਕਸਪੈਰੀਮੈਂਟ ਕਰਕੇ ਬਣਾਉਂਦੇ ਹੁੰਦੇ ਸਾਰੀਆਂ ਵੀਡੀਓ ਧੰਨਵਾਦ ਬਾਬੇ ਵੀਡੀਓ ਦੇਖਣ ਲਈ ਸਾਡਾ ਤਾਂ ਹੁਣ ਇਹੀ ਚੱਲੂ ਸਾਰੀ ਰਾਤ ਕੰਮ